गल दीप सिद्धू की करते हैं। लाल किला हिंसा मामले च गिरफ्तार दीप सिद्धू नूं भी दिल्ली सिख गुरद्वारा मैनेजमेंट कमेटी कानूनी सहायता देगी। जी हाँ, मनजिंदर सिंह सिरसा ने कहा कि किन्ने भी वड्डे वकील करने पैण, दीप सिद्धू की जल्द जमानत असीं करावांगे। सिंघू बॉर्डर से पुलिस तशद्दुद का शिकार होए रणजीत सिंह के मामले दे विच भी केस दर्ज करवाया गया दिल्ली कमेटी वालों। अलीपुर थाने विच तशद्दुद करन वाले पुलिस मुलाजमान के खिलाफ अपराधक मामला दर्ज कराया गया। दो वड्डे ऐलान कि एक तो दीप सिद्धू नू भी कानूनी सहायता देगी दिल्ली कमेटी। उन्होंने कहा कि किन्ने वड्डे वकील करने पैण, असीं उसकी जमानत करावांगे। ते नाल ही सिंघू बॉर्डर से पुलिस तशद्दुद का शिकार होए रणजीत सिंह, इत तस्वीर तुहानू याद होएगी जो कुछ लोग आ गए सन जो लोकल खुद को दस रहे सन। उस वेले रणजीत सिंह बहुत बुरी तरह कुटिया गया, तशद्दुद उस ते ढाया गया। इस मामले अलीपुर थाने तशद्दुद करन वाले पुलिस मुलाजमान के खिलाफ अपराधक मामला दिल्ली कमेटी ने दर्ज करवा दिया। और बहुत सारे लोग जिहड़े ने ਉਹ ਦੀਪ ਸਿੱਧੂ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਨੇ, ਮੈਸੇਜ ਕਰ ਰਹੇ ਨੇ, ਵਟਸਐਪ ਕਰ ਰਹੇ। ਮੈਂ ਸਭ ਨੂੰ ਦੱਸਣਾ ਚਾਹੁੰਦਾ ਹੈ, ਜਿਸ ਦਿਨ ਦੀਪ ਸਿੱਧੂ ਨੂੰ ਜੁਡੀਸ਼ੀਅਲ ਕਸਟਡੀ ਭੇਜਿਆ ਗਿਆ, ਮੈਂ ਉਸ ਦਿਨ ਵੀ ਉਹਨਾਂ ਨਾਲ ਗੱਲ ਕੀਤੀ ਸੀ। ਮੈਂ ਉਹਨਾਂ ਨੂੰ ਅਸ਼ੋਰ ਕੀਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਡਟ ਕੇ ਤੁਹਾਡੇ ਨਾਲ ਖੜੀ ਆ। ਕੁਛ ਵੀ ਕਰਨਾ ਪਵੇ, ਕਿੰਨੇ ਵੀ ਵੱਡੇ ਵਕੀਲ ਖੜੇ ਕਰਨੇ ਪੈਣ, ਅਸੀਂ ਤੁਹਾਨੂੰ ਜ਼ਮਾਨਤ ਤੇ ਬਾਹਰ ਛੇਤੀ ਲੈ ਕੇ ਆਵਾਂਗੇ। ਮੈਂ ਉਹਨਾਂ ਦੇ ਭਰਾ ਦੇ ਨਾਲ ਸੰਪਰਕ ਅੰਦਰ ਹਾਂ, ਉਹਨਾਂ ਦੇ ਬ੍ਰਦਰ ਖੁਦ ਐਡਵੋਕੇਟ ਨੇ। ਜੋ ਵੀ ਸਾਡੇ ਤੋਂ ਅਸਿਸਟੈਂਸ ਚਾਹੀਦੀ ਹੋਊਗੀ ਅਸੀਂ ਬਿਲਕੁਲ ਨਾਲ ਖਲੋਵਾਂਗੇ। ਸਾਡਾ ਫਰਜ਼ ਬਣਦਾ ਆਪਣੀ ਕੌਮ ਨਾਲ ਖਲੋਣਾ, ਅਸੀਂ ਆਪਣੀ ਕੌਮ ਨਾਲ ਖਲੋਵਾਂਗੇ। ਔਰ ਮੈਂ ਦੂਜੀ ਵੇਖ ਤੁਹਾਨੂੰ ਅੱਜ ਵੱਡੀ ਖਬਰ ਦੇਣਾ ਚਾਹੁੰਦਾ। ਰਣਜੀਤ ਸਿੰਘ ਜਿਸ ਨੂੰ ਵਾਲਾਂ ਫੜ ਫੜ ਕੁੱਟਿਆ ਗਿਆ, ਉਹਦੇ ਕੇਸਾਂ ਦੀ ਬੇਅਦਬੀ ਕੀਤੀ ਗਈ, ਉਹਨਾਂ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਉਹਨਾਂ ਸਾਰਿਆਂ ਦੇ ਖਿਲਾਫ਼ ਕ੍ਰਿਮੀਨਲ ਮੁਕੱਦਮਾ ਦਰਜ ਕਰਾਇਆ। ਅਲੀਪੁਰ ਪੁਲਿਸ ਸਟੇਸ਼ਨ ਅੰਦਰ ਅਸੀਂ ਇਹ ਕੰਪਲੇਂਟ ਦਿੱਤੀ ਆ, ਔਰ ਉਮੀਦ ਕਰਦੇ ਹਾਂ ਕਿ ਅਗਰ ਪੁਲਿਸ ਇਸ 'ਤੇ ਇਮਾਨਦਾਰ ਆ, ਅਗਰ ਕਮਿਸ਼ਨਰ ਪੁਲਿਸ ਸਮਝਦੇ ਨੇ ਕਿ ਪੁਲਿਸ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ, ਤਾਂ ਤੁਰੰਤ ਇਹਨਾਂ 'ਤੇ ਮੁਕੱਦਮੇ ਦਰਜ ਕਰਕੇ ਇਹਨੂੰ ਅਰੈਸਟ ਕੀਤਾ ਜਾਵੇ। ਨਹੀਂ ਤਾਂ ਅਸੀਂ ਇਸ ਕੇਸ ਨੂੰ ਲੈ ਕੇ 156 ਦਿਨ 'ਚ ਕੋਰਟ 'ਚ ਵੀ ਜਾਵਾਂਗੇ, ਔਰ ਉੱਥੋਂ ਜਾ ਕੇ ਮੁਕੱਦਮਾ ਦਰਜ ਕਰਾ ਕੇ ਇਹਨਾਂ ਸਾਰਿਆਂ ਨੂੰ ਅੰਦਰ ਕਰਾਵਾਂਗੇ।